ਅੱਜ ਬਣਾਉਂਦੇ ਹਾਂ ਆਪਾਂ ਅਨਦਰ ਆਇਰਨ ਰਿਚ ਬ੍ਰੇਕਫਾਸਟ ਬਣਾਉਂਦੇ ਹਾਂ ਅੱਜ ਆਪਾਂ ਓਟ ਪੋਹਾ ਬ੍ਰੇਕਫਾਸਟ ਇਟ ਹੈਜ਼ 280 ਕੈਲਰੀਜ਼ ਐਂਡ 60 ਗ੍ਰਾਮ ਆਫ ਪ੍ਰੋਟੀਨ ਐਂਡ ਇਜ਼ ਸੁਪਰ ਹੈਲਥੀ ਸੁਪਰ ਜੰਮੀ ਐਂਡ ਸੁਪਰ ਸੋਫਟ ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਇਨਟੂ ਦ ਰੈਸਪੀ ਰੈਸਪੀ ਬਣਾਉਣ ਦੇ ਲਈ ਆਪਾਂ ਇੱਕ ਬਲੈਂਡਿੰਗ ਜਾਰ 'ਚ 20 ਗ੍ਰਾਮ ਪੋਹਾ ਪਾਵਾਂਗੇ ਮੇਕ ਸ਼ੋਰ ਤੁਸੀਂ ਆਪਣੇ ਪੋਹੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਓ 30 ਗ੍ਰਾਮ ਉਹਦੇ 'ਚ ਓਟਸ ਪਾਵਾਂਗੇ ਹਰੀਆਂ ਮਿਰਚਾਂ 300 ਗ੍ਰਾਮ ਸਪਿਨਿਸ਼ 1 ਚਮਚਾ ਜਿੰਜਰ ਗਾਰਲਿਕ ਪੇਸਟ ਦਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਆਪਾਂ ਬਲੈਂਡ ਕਰ ਲਾਂਗੇ ਉਸ ਤੋਂ ਬਾਅਦ ਉਹਨੂੰ ਆਪਾਂ ਇੱਕ ਬਾਊਲ 'ਚ ਕੱਢ ਲਾਂਗੇ ਉਹਦੇ ਵਿੱਚ ਆਪਾਂ ਸਾਲਟ ਔਰਗੈਨੋ ਅਤੇ ਚਿਲੀ ਫਲੇਕ ਐਡ ਕਰਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੂਜੇ ਪਾਸੇ ਆਪਾਂ ਇੱਕ ਪੈਨ ਨੂੰ ਹੀਟ ਅਪ ਕਰਾਂਗੇ ਉਹਦੇ 'ਚ ਅਕੋਰਡਿੰਗਲੀ ਆਪਣਾ ਮਿਕਸਚਰ ਪਾ ਦਾਂਗੇ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਦੈਨ ਉਸ ਤੋਂ ਬਾਅਦ ਉਹਨੂੰ 1-2 ਮਿੰਟ ਕੁੱਕ ਕਰੋ ਫਲਿੱਪ ਕਰੋ 1-2 ਮਿੰਟ ਹੋਰ ਕੁੱਕ ਕਰੋ ਸੇਮ ਪ੍ਰੋਸੈਸ ਨੂੰ ਰਿਪੀਟ ਕਰੋ 1-2-3 ਵਾਰ ਜਿੰਨੇ ਤੁਸੀਂ ਪੂੜੇ ਬਣਾਉਣੇ ਚਾਹੁੰਦੇ ਹੋ ਤੁਹਾਡੇ ਪੂੜੇ ਤਿਆਰ ਨੇ ਸਰਵ ਵਿਦ ਹੌਟ ਵਿਦ ਦਾ ਅਚਾਰ ਜਾਂ ਕੋਈ ਵੀ ਸਬਜ਼ੀ ਜਾਂ ਦਹੀਂ ਦੇ ਨਾਲ ਤੁਸੀਂ ਕਰ ਸਕਦੇ ਹੋ ਇਟਸ 100% ਯੋਰ ਚੋਇਸ ਇਫ ਯੂ ਲਾਈਕ ਰੈਸਪੀ ਲੀਵ ਅ ਕਮੈਂਟ ਫੋਰ ਮੀ ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ ਦਾ ਵੇਟ ਲੂਸ ਜਾਂ ਡਾਇਟ ਪਲਾਨ ਫੀਲ ਫਰੀ ਟੂ ਕੰਟੈਕਟ ਅਸ ਲਿੰਕ ਇਨ ਅ ਬਾਇਓ ਡੋਂਟ ਫਰਗੇਟ ਟੂ ਫੋਲੋ ਮੀ ਮੋਰ ਰੈਸਪੀ ਵੀਡੀਓ ਲਾਈਕ ਦਿਸ ਵਨ ਗੁੱਡ ਲੱਕ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ